ਹੁੰਦਾ ਜੇਕਰ ਪਿਤਾ ਦਸ਼ਮੇਸ਼ ਨਾ ਹੁੰਦਾ। ਅੱਜ ਅਸੀਂ ਇੱਥੇ ਮੰਦਰਾਂ ਦੇ ਵਿੱਚ ਬੈਠੇ ਆ, ਆਰਤੀਆਂ ਕਰ ਰਹੇ ਆ, ਤੇ ਜਿਹੜਾ ਲਗਾਉਣੇ ਆਏ ਉਹਨਾਂ ਦੀ ਉਹ ਦੇਣਾ ਸਾਨੂੰ। ਦੁਪਿਆ ਕਰ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਪਣਾ ਬਲਿਦਾਨ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਜਾ ਕੇ ਨਾ ਦਿੰਦੇ ਤਾਂ ਸ਼ਾਇਦ ਅੱਜ ਅਸੀਂ ਇੱਥੇ ਨਹੀਂ ਬੈਠੇ ਹੁੰਦੇ। ਸ਼ਾਇਦ ਅੱਜ ਭਾਰਤ ਦੀ ਧਰਤੀ ਦੇ ਉੱਤੇ ਕੋਈ ਮੰਦਰ ਨਹੀਂ ਹੋਣਾ ਸੀਗਾ। ਅਗਰ ਪਰਮਾਤਮਾ ਨੇ ਉਸ ਪੈਗੰਬਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸ ਧਰਤੀ ਦੇ ਉੱਤੇ ਨਾ ਭੇਜਿਆ। ਲੋਕੀ ਨਾ ਖਪੇ ਗੁਰੂ ਨੂੰ ਦੇਣ ਤਾਨੇ, ਭਾਵੇਂ ਨੱਕ ਕੋਈ ਰਣ ਦਾ ਚੋਰ ਸਮਝੇ, ਪਰ ਕੋਈ ਇਹ ਗੱਲ ਤੇ ਨਹੀਂ ਕਹਿ ਸਕਦਾ ਕਿ ਗੁਰੂ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਤੇ ਸਿੱਖ ਹੋਰ ਸਮਝੇ। ਆਹ ਬੜਾ ਅੱਛਾ ਸ਼ਬਦ ਹੈ, ਦੋ ਬੜੀਆਂ ਕੀਮਤੀ ਜਿੰਦਾਂ ਨੀਹਾਂ ਵਿੱਚ ਆਣ ਖਲੋ ਗਈਆਂ, ਉਹ ਸਨ ਦਾ ਜ਼ਿਕਰ ਤੁਹਾਡੀ ਨਾਲ। ਬੱਚਿਆਂ ਦੀ ਤੱਕ ਕੁਰਬਾਨੀ ਅੰਬਰਾਂ ਤੇ ਜਾਈ ਹੈਰਾਨੀ, ਗੁਜਰੀ ਦੇ ਚੜ੍ਹਦੀਆਂ ਰਿਸ਼ਮਾਂ, ਗੁਜਰੀ ਦੇ ਚੜ੍ਹਦੀਆਂ ਰਿਸ਼ਮਾਂ, ਓ ਬੜੀਆਂ ਕੀਮਤੀ ਜਿੰਦਾਂ। ਮਾਤਾ ਗੁਜਰੀ ਜਲਾਦ ਨੂੰ ਬੋਲੀ, ਪਹਿਲੋ ਬੱਚਿਆਂ ਦੇ ਖੂਨ ਨਾ
माता गुजरी जल्लादा नूं बोली हेडो बच्चियां दे खून ना बोली माता गुजरी जल्लादा नूं बोली हेडो बच्चियां दे खून जे होली माता गुजरी जल्लादा नूं बोली हेडो बच्चियां दे खून जे होली गुजरी ने चन्नियां दी शमा हर गुजरी ने चन्नियां दी शमा जान बच्चियां दी लेके तैकी छत ले चुबारे तैकी छत ले चुबारे कान जाने सरहद दी दीवारे कान जाने सरहद दी दीवारे सत लाला दे मैं मुख होगी खाई टह तेरी उड़ जाल माऊ सारी काली किस्मत मेरी जो तू बना दे मैनू जाग दे सी गुर जाग दे सी गुर बस तेरे विच सिंगा अल्लाह मेरा गीत सुन हाय रे मेरा गीत सुन हाय रे मेरा गीत मेरा गीत सुन हाय मेरा गीत सुन हाय मेरा गीत सुन।